ਅ ਦੇਖ ਸਕਦੇ ਹੋ ਮਾਸ਼ਾਅੱਲਾ ਜੀ ਆਪਣੀ ਆਲੂਆਂ ਦੀ ਫਸਲ 25 ਤੋਂ 26 ਦਿਨ ਦੀ ਹੋ ਗਈ ਹੈ ਜੀ ਤੇ ਅੱਜ ਆਪਾਂ ਇਹਨੂੰ ਦੂਸਰਾ ਪਾਣੀ ਲਗਾ ਰਹੇ ਹਾਂ ਜੀ ਠੀਕ ਹੈ ਜੀ ਸੌਰੀ ਦੂਸਰੀ ਖਾਦ ਲਗਾ ਰਹੇ ਹਾਂ ਤੇ ਯਾਨੀ ਕਿ ਆਪਾਂ 50 ਤੋਂ 55 ਦਿਨ ਲਾਸਟ 50 ਤੋਂ ਲਾਸਟ 55 ਦਿਨ ਦੇ ਅੰਦਰ ਖਾਦ ਕੰਪਲੀਟ ਕਰਨੀ ਹੈ 4 ਤੋਂ 5 ਬੋਰੀਆਂ ਉਹ ਸਾਹਮਣੇ ਡਰਮ ਰੱਖਾ ਪਿਆ ਹੈ ਜੀ ਠੀਕ ਹੈ ਤੇ ਇਸ ਪਲਾਟ ਨੂੰ ਖਾਦ ਆਪਾਂ ਕੱਲ ਲਾ ਦਿੱਤੀ ਸੀ ਔਰ ਖੇਲੀਆਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੋਣਾ ਕਿ ਖੇਲੀਆਂ ਸਫੈਦ ਸਫੈਦ ਹੋਈਆਂ ਪਈਆਂ ਨੇ ਇਹ ਆਪਾਂ ਜਨਾਬ ਦੂਸਰੀ ਯੂਰੀਆ ਲਗਾਣ ਲੱਗੇ ਆਂ ਠੀਕ ਹੈ ਜੀ ਯਾਨੀ ਕਿ ਦੂਸਰੀ ਬੋਰੀ ਤੇ ਪਰ ਏਕੜ ਹਕ ਬੋਰੀ ਯੂਰੀਆ ਪਿਛਲੀ ਦਫਾ ਲਗਾਏ ਸੀ ਇਸ ਦਫਾ ਪਰ ਏਕੜ ਹਕ ਬੋਰੀ ਯੂਰੀਆ ਔਰ ਨਾਲ 4 ਕਿਲੋ ਸਲਫਰ ਲਗਾ ਰਹੇ ਆਂ ਜੀ ਠੀਕ ਹੈ ਜੀ ਸਲਫਰ ਆਪਾਂ ਥੱਲੇ ਦਾਣੇਦਾਰ ਵੀ ਲਗਾਇਆ ਸੀ ਤੇ ਹੁਣ ਉਤੋਂ ਜਨਾਬ 4 ਕਿਲੋ ਸਲਫਰ ਹੋਰ ਲਗਾ ਰਹੇ ਆਂ ਠੀਕ ਹੈ ਜੀ ਉਤਲੇ ਪਾਣੀ ਤੇ ਕੋਸ਼ਿਸ਼ ਕਰਸਾਂ ਨਾਲ ਆਪਾਂ ਹੋਮਿਓਕੈਸਿਡ ਜਾਂ ਜ਼ਿੰਕ ਲਗਾਵਾਂਗੇ ਠੀਕ ਹੈ ਜੀ ਤੇ 25 ਤੋਂ 26 ਦਿਨ ਦੀ ਆਪਣੀ ਫਸਲ ਹੋ ਗਈ ਹੈ ਮਾਸ਼ਾਅੱਲਾ ਦੇਖ ਸਕਦੇ ਹੋ ਔਰ ਕੋਈ ਬਿਮਾਰੀ ਨਹੀਂ ਔਰ ਮਾਸ਼ਾਅੱਲਾ ਖੂਬ ਸੂਰਤ ਬਿਮਾਰੀ ਤੋਂ پاک ਜ਼ਬਰਦਸਤ ਗਰੋ ਕਰ ਰਹੀ ਹੈ ਫਸਲ ਤੇ ਦੋ ਬੋਰੀਆਂ ਆਪਣੀਆਂ ਕੰਪਲੀਟ ਹੋ ਗਈਆਂ ਹਨ ਦੋ ਬੋਰੀਆਂ ਆਪਾਂ ਇਨਸ਼ਾਅੱਲਾ ਹੋਰ ਲਗਾਉਣੀਆਂ ਨੇ ਚਾਰ ਬੋਰੀਆਂ ਲਗਾਉਣੀਆਂ ਠੀਕ ਹੈ ਜੀ ਤੇ ਮੈਂ ਇਨਸ਼ਾਅੱਲਾ 45 ਤੋਂ 50 ਦਿਨ ਦੇ ਅੰਦਰ ਇਹ ਚਾਰ ਬੋਰੀਆਂ ਖਾਦ ਕੰਪਲੀਟ ਕਰ ਦੇਣੀ ਹੈ ਲਾਸਟ ਖਾਦ ਦੇ ਨਾਲ ਆਪਾਂ ਪੋਟਾਸ਼ ਜ਼ਰੂਰ ਲਗਾਵਾਂਗੇ ਪੋਟਾਸ਼ ਆਲੂ ਦਾ ਸਹਿਦ ਵਧਾਉਣ ਵਾਸਤੇ ਔਰ ਰੰਗਤ ਵਾਸਤੇ ਬੜੀ ਜ਼ਰੂਰੀ ਹੁੰਦੀ ਹੈ ਤੇ ਪੋਟਾਸ਼ ਆਪਾਂ ਜ਼ਰੂਰ ਲਗਾਵਾਂਗੇ ਤੇ ਅੱਜ ਜਨਾਬ ਆਪਾਂ ਦੂਸਰੀ ਬੋਰੀ ਜ਼ੁਰਿਆ ਦੀ ਲਗਾਉਣ ਲੱਗੇ ਆਂ ਫੀ 1 ਏਕਰ ਨੂੰ ਦੂਸਰੀ ਬੋਰੀ ਤੇ ਮੈਂ ਕਿਹਾ ਦੋਸਤਾਂ ਨੂੰ ਵੀ ਅਪਡੇਟ ਦੇ ਦੇਈਏ ਵੀ 25 ਤੋਂ 26 ਦਿਨ ਦੇ ਆਲੂ ਹੋ ਗਏ ਨੇ ਇਸ ਕੰਡੀਸ਼ਨ ਵਿੱਚ ਤੇ ਦੂਸਰੀ ਬੋਰੀ ਲਗਾਉਣ ਲੱਗੇ ਆਂ ਮਿਲਦੇ ਆਂ ਇਨਸ਼ਾਅੱਲਾ ਅਗਲੀ ਵੀਡੀਓ ਨਾਲ ਜੀ ਅੱਲਾਹ ਹਾਫਿਜ਼